ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸੁਬਾਰੀ, ਸਨਮਾਨਯੋਗ ਸਾਧ ਸੰਗਤ ਜੀਓ, ਦਾਸ ਆਪ ਸਭ ਸਾਰਿਆਂ ਦੇ ਚਰਨਾਂ ਦੇ ਵਿੱਚ ਇੱਕ ਐਸੀ ਘਟਨਾ ਜੋ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਦੇ ਤੇ ਵਾਪਰੀ ਆ, ਉਸ ਘਟਨਾ ਨੂੰ ਆਪ ਦੇ ਚਰਨਾਂ ਦੇ ਵਿੱਚ ਪੇਸ਼ ਕਰ ਰਿਹਾ ਹੈ। ਇਹ ਘਟਨਾ ਇਸ ਪ੍ਰਕਾਰ ਵਾ ਕਿ ਇੱਕ ਵਾਰ ਲਾਹੌਰ ਦੇ ਵਿੱਚ ਕੋਈ ਤੰਤਰਕ ਰਹਿੰਦਾ ਸੀਗਾ। ਜਿਹੜਾ ਤੰਤਰਕ ਸੀ ਉਹ ਆਪਣਾ ਬੜਾ ਪ੍ਰਭਾਵ ਰੱਖਦਾ ਸੀਗਾ। ਉਹਨੇ ਕਾਫੀ ਛਿਲੇ ਕਰਕੇ ਵਗੈਰਾ ਅਤੇ ਆਪਣੇ ਆਪ ਨੂੰ ਬਹੁਤ ਹੀ ਵੱਡਾ ਪੀਰ ਦਾ ਦਰਜਾ ਦਿੱਤਾ ਹੋਇਆ ਸੀਗਾ। ਅਤੇ ਉਹਦੇ ਕੋਲ ਦੁਨੀਆ ਵੀ ਬੜੀ ਆਉਂਦੀ ਸੀਗੀ, ਕੋਈ ਕਿਸੇ ਕੰਮ ਕੋਈ ਕਿਸੇ ਕੰਮ, ਉਹ ਪੈਸੇ ਵੀ ਲੈਂਦਾ ਸੀਗਾ ਅਤੇ ਪੈਸਿਆਂ ਦੇ ਨਾਲ ਇਹ ਸਾਰਾ ਕਾਰੋਬਾਰ ਕਰਦਾ ਸੀਗਾ। ਇੱਕ ਵਾਰੀ ਕੋਈ ਗੁਰਸਿੱਖ ਪ੍ਰੇਮੀ ਕਿਸੇ ਦੇ ਨਾਲ ਉਹਦੇ ਕੋਲ ਜਦ ਉਹ ਗਿਆ ਅਤੇ ਉਹਨੇ ਦੇਖਿਆ ਵੀ ਇਹ ਜਿਹੜਾ ਸਰਦਾਰ ਵਾ, ਉਸ ਤੰਤਰਕ ਨੇ ਤੱਕਿਆ ਕਿ ਇਹ ਜਿਹੜਾ ਸਰਦਾਰ ਵਾ ਇਹ ਮੇਰੇ ਕੋਲ ਪਹਿਲੀ ਵਾਰ ਆਇਆ ਹੈ, ਹੋਵੇ ਨਾ ਤਾਂ ਇਹਨੂੰ ਮੈਂ ਆਪਣਾ ਚੇਲਾ ਬਣਾ ਲਵਾਂ। ਜਦੋਂ ਉਹ ਪੀਰ ਦੇ ਮਨ ਵਿੱਚ ਇਹ ਗੱਲ ਆਈ ਤਾਂ ਉਹਨੇ ਇੱਕ ਬੜੀ ਹੀ ਅਨੋਖੀ ਚਾਲ ਖੇਡ ਦਿੱਤੀ। ਉਹਨੇ ਉਹ ਸਰਦਾਰ ਜੀ ਨੂੰ ਆਖਣ ਲੱਗਾ ਕਿ ਇੱਦਾਂ ਤੁਸੀਂ ਕਰੋ, ਸਭ ਤੋਂ ਪਹਿਲਾਂ ਮੇਰੇ ਲਈ ਜਾ ਕੇ ਹੈ ਨਾ ਇੱਕ ਸਿਗਰਟਾਂ ਦੀ ਡੱਬੀ ਲੈ ਕੇ ਆਓ। ਜਦੋਂ ਉਹਨੇ ਉਹ ਸਿਗਰਟਾਂ ਦੀ ਡੱਬੀ ਦੀ ਗੱਲ ਕੀਤੀ ਤਾਂ ਸਰਦਾਰ ਜੀ ਨੂੰ ਪੈਸੇ ਦੇ ਦਿੱਤੇ। ਹੁਣ ਸਾਰਿਆਂ ਦੇ ਵਿੱਚ ਬੈਠੇ ਸਰਦਾਰ ਜੀ ਦੇਖਣ ਵੀ ਇਹ ਹੁਣ ਮੈਂ ਕੀ ਕਰਾਂ ਕਿ ਅਸੀਂ ਤਾਂ ਸਿਗਰਟ ਬੀੜੀ ਪੀਣੀ ਤਾਂ ਦੂਰ ਦੀ ਗੱਲ, ਇਹਨੂੰ ਹੱਥ ਤੱਕ ਨਹੀਂ ਲਾਉਂਦੇ, ਪਰ ਕਿਉਂਕਿ ਮੈਂ ਇੱਥੇ ਪਹਿਲੀ ਵਾਰ ਆਇਆ ਹਾਂ ਅਤੇ ਬਾਕੀ ਨਾਲ ਦੇ ਜਿੰਨੇ ਵੀ ਲੋਕ ਆ ਸਾਰੇ ਮੇਰੇ ਵੱਲ ਦੇਖ ਰਹੇ ਆ। ਖੈਰ, ਸਰਦਾਰ ਜੀ ਨੇ ਮਨ ਦੇ ਵਿੱਚ ਸੋਚਿਆ ਵੀ ਚਲੋ ਅਗਰ ਇਹਨੇ ਮੈਨੂੰ ਪਹਿਲੀ ਵਾਰੀ ਕਿਹਾ ਹੈ ਤਾਂ ਇਹਦਾ ਫਿਰ ਕਿਹਾ ਕਾਹਨੂੰ ਮੋੜਦੇ ਹਾਂ। ਉਹ ਸਰਦਾਰ ਜੀ ਇੱਕ ਦੁਕਾਨ 'ਤੇ ਗਏ, ਉਹਨਾਂ ਨੇ ਕੀ ਕੀਤਾ, ਦੁਕਾਨਦਾਰ ਨੂੰ ਕਿਹਾ ਕਿ ਮੈਨੂੰ ਇੱਕ ਸਿਗਰਟਾਂ ਦੀ ਡੱਬੀ ਦੇ। ਜਦੋਂ ਦੁਕਾਨਦਾਰ ਨੇ ਸਿਗਰਟਾਂ ਡੱਬੀ ਦਿੱਤੀ ਤਾਂ ਫਿਰ ਉਹ ਸਰਦਾਰ ਨੇ ਕੀ ਕੀਤਾ, ਇੱਕ ਛਿਟੀ ਲੈ ਕੇ ਦੁਕਾਨਦਾਰ ਨੂੰ ਆਖਿਆ ਕਿ ਇਹ ਡੱਬੀ ਜਿਹੜੀ ਹੈ ਨਾ ਇਹ ਛਿਟੀ ਦੇ ਮੂਹਰੇ ਬੰਨ੍ਹ ਦੇ। ਜਦੋਂ ਦੁਕਾਨਦਾਰ ਨੇ ਉਸੇ ਤਰ੍ਹਾਂ ਉਹ ਡੱਬੀ ਨੂੰ ਛਿਟੀ ਦੇ ਮੂਹਰੇ ਬੰਨਿਆ ਤਾਂ ਉਹ ਸਰਦਾਰ ਛਿਟੀ ਲੈ ਕੇ ਉਸ ਪੀਰ ਦੇ ਕੋਲ ਪਹੁੰਚ ਗਿਆ। ਜਦ ਪੀਰ ਦੇ ਕੋਲ ਪਹੁੰਚ ਗਿਆ ਤਾਂ ਉਹਨੇ ਸਾਰਿਆਂ ਦੇ ਸਾਹਮਣੇ ਉਸ ਪੀਰ ਦੇ ਮੂਹਰੇ ਸਿਗਰਟਾਂ ਦੀ ਡੱਬੀ ਕਰ ਦਿੱਤੀ ਜਿਹੜੀ ਛਿਟੀ ਨਾਲ ਬੰਨ੍ਹੀ ਹੋਈ ਸੀ, ਤਾਂ ਆਪ ਉਹਨੇ ਛਿਟੀ ਪਿੱਛੋਂ ਫੜੀ ਹੋਈ ਸੀ। ਜਦ ਪੀਰ ਨੇ ਦੇਖਿਆ ਉਹ ਬੜਾ ਹੈਰਾਨ ਹੋਇਆ, ਉਹ ਕਹਿਣ ਲੱਗਾ ਵੀ ਇਹ ਕੀ? ਅਤੇ ਸਰਦਾਰ ਜੀ ਕਹਿਣ ਲੱਗੇ ਵੀ ਇਹ ਸਿਗਰਟਾਂ ਦੀ ਡੱਬੀ ਆ, ਤੂੰ ਮੰਗਾਈ ਆ ਤਾਂ ਲੈ ਲਾ। ਉਹਨੇ ਪੀਰ ਨੇ ਆਪਣੀ ਤੋਹੀਨ ਸਮਝੀ ਸਾਰਿਆਂ ਦੇ ਵਿੱਚ ਵੀ ਇਹਨੇ ਕਿਸ ਤਰ੍ਹਾਂ ਮੇਰੀ ਸਾਰੀ ਭਰੀ ਸਭਾ ਦੇ ਵਿੱਚ ਮੇਰੀ ਤੋਹੀਨ ਕਰ ਦਿੱਤੀ ਆ। ਤਾਂ ਪੀਰ ਦੇ ਅੰਦਰ ਯਕਦਮ ਬਦਲੇ ਦੀ ਭਾਵਨਾ ਜਾਗ ਪਈ। ਤਾਂ ਉਹਨੂੰ ਕਹਿਣ ਲੱਗਾ ਕਿ ਤੈਨੂੰ ਇਸ ਮੇਰੀ ਤੋਹੀਨ ਦੀ ਤੈਨੂੰ ਹਰੇਕ ਸਾਲ ਸਜ਼ਾ ਮਿਲਿਆ ਕਰੂਗੀ। ਇਹ ਸਜ਼ਾ ਇਹ ਹੈ ਕਿ ਤੇਰੇ ਹਰੇਕ ਸਾਲ ਸੱਪ ਲੜਿਆ ਕਰੂਗਾ ਅਤੇ ਤੈਨੂੰ ਜ਼ਹਿਰ ਚੜਿਆ ਕਰੂਗੀ ਅਤੇ ਤੂੰ ਜ਼ਹਿਰ ਦੇ ਨਾਲ ਜਿਹੜਾ ਹੈ ਬਹੁਤ ਦੁਖੀ ਹੋਊਂਗਾ। ਜਦ ਇਹ ਪੀਰ ਨੇ ਇਹ ਗੱਲ ਉਹ ਸਿੱਖ ਨੂੰ ਕਹਿਤੀ ਤਾਂ ਉਹ ਬਾਕੀ ਨਾਲ ਦੀ ਸੰਗਤ ਬੜੀ ਭੈਭੀਤ ਹੋ ਗਈ। ਪਰ ਕਿਉਂਕਿ ਪੀਰ ਜਿਹੜਾ ਸੀ ਉਹ ਅੰਦਰੂਨੀ ਤੌਰ 'ਤੇ ਬਹੁਤ ਵੱਡਾ ਤੰਤਰਕ ਸੀ, ਬੜਾ ਵੱਡਸ਼ਾਲੀ ਸੀਗਾ, ਅਤੇ ਇਸੇ ਤਰ੍ਹਾਂ ਹੀ ਹੋਇਆ। ਜਦੋਂ ਉਹ ਘਰ ਗਿਆ ਤਾਂ ਉਹਦੇ ਰਾਤ ਨੂੰ ਸੁੱਤੇ ਪਏ ਦੇ ਸੱਪ ਡੰਗ ਮਾਰ ਗਿਆ। ਜਦ ਸੱਪ ਨੇ ਡੰਗ ਮਾਰਿਆ ਤਾਂ ਉਸ ਨੂੰ ਸਿੱਖ ਨੂੰ ਜ਼ਹਿਰ ਚੜ ਗਿਆ। ਜ਼ਹਿਰ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਕਿ ਉਹਦਾ ਦਰਦ ਕਿਹੋ ਜਿਹਾ ਹੁੰਦਾ। ਅਤੇ ਉਹ ਸਿੱਖ ਜਿਹੜਾ ਸੀਗਾ ਉਹ ਸਮਝ ਗਿਆ ਕਿ ਇਹ ਸਾਰੀ ਜੋ ਵੀ ਆ ਉਸ ਪੀਰ ਦੀ ਕਰਾਮਾਤ ਵਾ, ਜਿਹਨੇ ਰਾਤ ਨੂੰ ਆਪਣੇ ਤੰਤਰਕ ਵਿੱਦਿਆ ਦੇ ਨਾਲ ਸੱਪ ਛੱਡ ਕੇ ਮੇੜੇ ਜਿਹੜਾ ਹੈ ਲੜਾਤਾ ਹੈ। ਪਰ ਉਹ ਚਾਹੁੰਦਾ ਸੀ ਪੀਰ ਕਿ ਇਹ ਸੱਪ ਦੇ ਡੰਗ ਦੇ ਉੱਤੋਂ ਕਿਸੇ ਨਾ ਕਿਸੇ ਤਰ੍ਹਾਂ ਦੁਖੀ ਹੋ ਕੇ ਮੇਰੇ ਕੋਲ ਆ ਕੇ ਤਾਂ ਫਿਰ ਇਹ ਮੇਰੇ ਚਰਨਾਂ ਵਿੱਚ ਮੱਥਾ ਟੇਕੇਗਾ, ਗੋਡਾ ਟੇਕੇਗਾ ਅਤੇ ਫਿਰ ਇਹ ਮੇਰਾ ਸ਼ਿਸ਼ ਬਣ ਜਾਏਗਾ ਸਦਾ ਵਾਸਤੇ। ਇਸ ਕਰਕੇ ਪੀਰ ਜਿਹੜਾ ਸੀ ਆਪਣੀ ਧੈਂਕ ਜਮਾਉਣਾ ਚਾਹੁੰਦਾ ਸੀ ਤੰਤਰਕ ਵਿੱਦਿਆ ਦੇ ਬਲ ਦੇ ਜ਼ੋਰ ਦੇ ਨਾਲ। ਪਰ ਉਹ ਸਿੱਖ ਜਿਹੜਾ ਸੀਗਾ ਉਹ ਵੀ ਆਪਣੀ ਧੁਨ ਦਾ ਪੱਕਾ ਸੀਗਾ। ਉਹਨੇ ਕਿਹਾ ਕੁਛ ਵੀ ਹੋਵੇ, ਚਾਹੇ ਸੱਪ ਦੇ ਡੰਗ ਦੇ ਨਾਲ ਮੈਂ ਮਰ ਕਿਉਂ ਨਾ ਜਾਵਾਂ, ਪਰ ਮੈਂ ਕਦੀ ਪੀਰ ਦੇ ਮੱਥੇ ਨਹੀਂ ਲੱਗਾਂਗਾ। ਉਹ ਸਿੱਖ ਇਸ ਤਰ੍ਹਾਂ ਹੀ ਕਰਦਾ ਰਿਹਾ, ਆਪਣੀ ਮਿਹਨਤ ਕਰਦਾ ਰਿਹਾ ਅਤੇ ਮਿਹਨਤ ਕਰਦੇ ਦੇ ਨਾਲ ਆਪਣਾ ਜੀਵਨ ਦਾ ਆਪਣੇ ਪਰਿਵਾਰ ਦਾ ਨਿਵਾਹ ਜਿਹੜਾ ਸੀ ਉਹ ਕਰਦਾ ਰਹਿੰਦਾ ਸੀਗਾ। ਪਰ ਨਤੀਜਾ ਇਹ ਹੁੰਦਾ ਸੀਗਾ ਕਿ ਉਹ ਤੰਤਰਕ ਦੇਖਦਾ ਹੁੰਦਾ ਸੀਗਾ ਜਿਸ ਸਿੱਖ ਦੇ ਮੈਂ ਸੱਪ ਲੜਾਇਆ ਉਹ ਸਿੱਖ ਮੇਰੇ ਕੋਲ ਕਦੀ ਆਇਆ ਨਹੀਂ ਹੈ। ਫਿਰ ਉਹ ਬਦਲੇ ਦੀ ਭਾਵਨਾ ਉਹਦੇ ਅੰਦਰ ਤੰਤਰਕ ਦੇ ਇੰਨੀ ਪ੍ਰਬਲ ਹੋਈ ਕਿ ਉਹਨੇ ਹਰੇਕ ਸਾਲ ਆਪਣੀ ਤੰਤਰਿਕ ਵਿੱਦਿਆ ਦੇ ਬਲ ਦੇ ਜ਼ੋਰ ਦੇ ਨਾਲ ਸੱਪ ਛੱਡਣਾ ਤੋ ਸਿੱਖ ਦੇ ਲੜਾ ਦੇਣਾ।
ਯਾਦ ਇਹ ਘਟਨਾ ਜਿਹੜੀ ਸੀ ਵਾਰ ਵਾਰ ਹਰੇਕ ਸਾਲ ਹੋਣ ਲੱਗੀ। ਪਰ ਉਹ ਸਿੱਖ ਵੀ ਆਪਣੀ ਧੁਨ ਦਾ ਪੱਕਾ ਰਿਹਾ, ਉਸ ਪੀਰ ਦੇ ਕੋਲ ਲਾਹੌਰ ਵਾਲਾ ਜੋ ਪੀਰ ਸੀ ਉਹਦੇ ਕੋਲ ਉਹ ਕਦੀ ਨਹੀਂ ਗਿਆ। ਨਾ ਉਹਨੇ ਕਦੀ ਕੋਈ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਹੁੰਦੀ ਆ, ਨਾ ਉਹਨੇ ਕਦੀ ਆਪਣੇ ਸਾਥੀਆਂ ਨੂੰ ਇਸ ਗੱਲ ਦਾ ਜ਼ਿਕਰ ਕਰਾਇਆ ਕਿ ਮੇਰੇ ਜਿਹੜੇ ਆ ਹਰੇਕ ਸਾਲ ਜਿਹੜਾ ਸੱਪ ਲੜਦਾ ਹੈ ਅਤੇ ਇਹ ਸੱਪ ਲੜਾਉਣ ਦੀ ਜਿਹੜੀ ਮੇਨ ਜੋ ਸ਼ਰਾਰਤ ਹੈ ਉਹ ਲਾਹੌਰ ਵਾਲਾ ਪੀਰ ਹੀ ਕਰਦਾ ਹੈ। ਕਿਉਂਕਿ ਉਹਨੂੰ ਮੈਂ ਜਦੋਂ ਸਿਗਟਾਂ ਦੀ ਉਹਨੇ ਡੱਬੀ ਮੰਗਾਈ ਸੀ, ਮੈਂ ਛੋਟੇ ਨਾਲ ਬੰਨ੍ਹ ਕੇ ਦਿੱਤੀ ਸੀ, ਇਹਦੇ ਵਿੱਚ ਉਹਨੇ ਤਹੀਨ ਕਰਕੇ ਇਹ ਬਦਲੇ ਦੀ ਭਾਵਨਾ ਜੋ ਉਸ ਪੀਰ ਦੇ ਮਨ 'ਚ ਚੱਲਦੀ ਹੈ ਤਾਂ ਉਹ ਹਰੇਕ ਸਾਲ ਇਹਦਾ ਸੱਪ ਜਿਹੜਾ ਹੈ ਆਪਣੀ ਤੰਤਰਿਕ ਵਿੱਦਿਆ ਦੇ ਬਲ ਦੇ ਨਾਲ ਮੇਰੇ ਲੜਾ ਦਿੰਦਾ ਹੈ। ਸੋ ਸਮਾਂ ਇਸ ਤਰ੍ਹਾਂ ਲੰਘਦਾ ਗਿਆ। ਇੱਕ ਵਾਰ ਦੇਖੋ ਵਾਹਿਗੁਰੂ ਦਾ ਕਹਿੰਦੇ ਹੁੰਦੇ ਜੋ ਕਾਨੂੰਨ ਹੈ, ਜੋ ਖੜ੍ਹੇ ਦਾ ਖਾਲਸੇ ਹੁੰਦੇ ਹਨ, ਜਿਹੜੇ ਸਿੱਖ ਆਪਣੇ ਸੂਲਾਂ 'ਤੇ ਖੜ੍ਹੇ ਆ ਉਹਦੀ ਫਿਰ ਪਰਮੇਸ਼ੁਰ ਆ ਕੇ ਬਾਂਹ ਫੜ ਲੈਂਦਾ ਹੈ। ਉਹ ਹੀ ਸਿੱਖ ਕਿਸੇ ਗੁਰਸਿੱਖ ਪਿਆਰੇ ਦੇ ਨਾਲ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਆ ਗਿਆ, ਜਿਹਦੇ ਸੱਪ ਜਿਹੜਾ ਸੀ ਉਹ ਪੀਰ ਹਰੇਕ ਸਾਲ ਲੜਾਉਂਦਾ ਹੁੰਦਾ ਸੀ। ਜਦੋਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਵਾਲਿਆਂ ਦੇ ਚਰਨਾਂ 'ਚ ਆਇਆ ਤਾਂ ਉਹਨੇ ਫਿਰ ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ ਉਹਦੇ ਵੱਲ ਤੱਕਿਆ, ਤੱਕ ਕਹਿਣ ਲੱਗੇ ਵੀ ਗੁਰਮੁਖਾ ਹੋਰ ਸੁਣਾਓ ਕੀ ਹਾਲ ਆ। ਉਹ ਗੁਰਮੁਖ ਪਿਆਰੇ ਕਹਿਣ ਲੱਗੇ ਜੀ ਆਪ ਅੰਤਰਜਾਮੀ ਆ, ਆਪ ਤੁਹਾਨੂੰ ਪਤਾ ਹੀ ਆ ਸਾਰਾ ਕੁਛ। ਅਤੇ ਮਹਾਂਪੁਰਖ ਕਹਿਣ ਲੱਗੇ ਵੀ ਗੱਲ ਇੰਨੀ ਆ ਕਿ ਜਿਹੜਾ ਤੰਤਰਿਕ ਤੇਰੇ ਹਰੇਕ ਸੱਪ ਲੜਾਉਂਦਾ ਹੈ ਨਾ, ਠੀਕ ਹੈ, ਅੱਜ ਆਪਾਂ ਉਹਦਾ ਸਾਰਾ ਕੰਡਾ ਕੱਢ ਕੇ ਹਟਾਂਗੇ। ਜਦੋਂ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸ ਸਿੱਖ ਨੂੰ ਕਿਹਾ ਤਾਂ ਉਹ ਸਿੱਖ ਜਿਹੜਾ ਸੀ ਉਹ ਬੜਾ ਹੈਰਾਨ ਹੋਇਆ ਕਿ ਮਹਾਂਪੁਰਖਾਂ ਨੂੰ ਇਵੇਂ ਕਿਵੇਂ ਪਤਾ ਹੈ ਕਿ ਇਹ ਸਾਰੀ ਖੇਡ ਜਿਹੜੀ ਉਹ ਤੰਤਰਿਕ ਜਿਹੜਾ ਮੇਰੇ ਨਾਲ ਹਰੇਕ ਸਾਲ ਸੱਪ ਲੜਾ ਕੇ ਕਰਦਾ ਹੈ। ਅਤੇ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਬਈ ਗੱਲ ਇਸ ਤਰ੍ਹਾਂ ਹੈ, ਅੱਜ ਉਹ ਜਿਹੜਾ ਪੀਰ ਲਾਹੌਰ ਵਾਲਾ ਹੈ ਨਾ, ਅੱਜ ਸਾਰੀਆਂ ਸੰਗਤਾਂ ਦੇ ਸਾਹਮਣੇ ਤੇਰੇ ਚਰਨਾਂ 'ਚ ਡਿੱਗ ਕੇ ਮਾਫ਼ੀ ਮੰਗੂਗਾ। ਜਦ ਇਹ ਗੱਲ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਬੜੇ ਹੀ ਜਲੌਤ ਦੇ ਵਿੱਚ ਸੰਗਤਾਂ ਦੇ ਸਾਹਮਣੇ ਆਖੀ ਤਾਂ ਉਹ ਫਿਰ ਗੱਲ ਕੀ ਆ ਕਿ ਸੰਗਤਾਂ ਦੇ ਮਨ ਦ੍ਰਿਵੇ ਗਏ। ਫਿਰ ਉਹ ਸਿੱਖ ਨੇ ਸਾਰੀ ਜੋ ਹਕੀਕਤ ਸੀ ਆਪਣੇ ਸੱਪ ਲੜਾਉਣ ਦੀ ਸਾਰੀਆਂ ਸੰਗਤਾਂ ਦੇ ਸਾਹਮਣੇ ਬਿਆਨ ਕੀਤੀ। ਜਦ ਉਹ ਸਾਰੀਆਂ ਸੰਗਤਾਂ ਦੇ ਸਾਹਮਣੇ ਸਾਰੀ ਹਕੀਕਤ ਜਿਹੜੀ ਸੀ ਉਹ ਸਿੱਖ ਨੇ ਦੱਸੀ ਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਗੁਰਮੁਖ ਇਸ ਤਰ੍ਹਾਂ ਕਰ ਕਿ ਉਹਨਾਂ ਨੇ ਇੱਕ ਉਹਨੂੰ ਫਿਰ ਆਪਣੇ ਜੋ ਸਰੂਪਾ ਸੀਗਾ ਉਹਦਾ ਕੱਪੜਾ ਜਿਹੜਾ ਸੀਗਾ ਉਸ ਗੁਰਸਿੱਖ ਨੂੰ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਦਿੱਤਾ। ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਇੱਕ ਭਾਰੀ ਇੱਟ ਲੈ ਕੇ ਹੈ ਨਾ ਇਸ ਵਿੱਚ ਕੱਪੜੇ ਦੇ ਵਿੱਚ ਬੰਨ ਲੈ। ਜਦ ਉਹ ਸਿੱਖ ਨੇ ਇਸ ਤਰ੍ਹਾਂ ਕੀਤਾ ਕਿ ਇੱਕ ਭਾਰੀ ਇੱਟ ਲੈ ਕੇ ਉਹ ਹਜੂਰੀ ਵਾਲੇ ਕੱਪੜੇ ਦੇ ਵਿੱਚ ਬੰਨ੍ਹੀ ਤਾਂ ਮਹਾਂਪੁਰਖ ਕਹਿਣ ਲੱਗੇ ਕਿ ਹੁਣ ਤੂੰ ਇਸ ਤਰ੍ਹਾਂ ਕਰ ਕਿ ਆਪਣੀ ਜੁੱਤੀ ਲਾ ਅਤੇ ਇਸ ਇੱਟ ਦੇ ਜ਼ੋਰ ਜ਼ੋਰ ਨਾਲ ਮਾਰ, ਜਿਉਂ ਜਿਉਂ ਇੱਟ ਇਹ ਟੁੱਟੂਗੀ ਹੈ ਨਾ ਉਹ ਪੀਰ ਦੇ ਸਿਰ ਦੇ ਵਿੱਚ ਜਾ ਕੇ ਵੱਜੂਗੀ। ਜਦੋਂ ਉਹ ਇੱਧਰੋਂ ਇੱਟ ਟੁੱਟੂਗੀ ਉੱਧਰ ਪੀਰ ਦੇ ਸਿਰ ਦੇ ਵਿੱਚ ਜੁੱਤੀ ਜਿਹੜੀ ਆ ਲਾਹੌਰ ਦੇ ਵਿੱਚ ਉਹਦੇ ਸਿਰ 'ਤੇ ਵੱਜੂਗੀ ਤਾਂ ਉਹ ਪੀਰ ਜਿਹੜਾ ਸੀ ਉਹ ਲਹੂ ਲਹਾਨ ਹੋਊਗਾ। ਤਾਂ ਉਹਨੂੰ ਆਪਣੀ ਕੀਤੀ ਦੇ ਉੱਤੇ ਬਹੁਤ ਹੀ ਭਾਰਾ ਸ਼ਰਮਿੰਦਗੀ ਤਾਂ ਇੱਕ ਪਾਸੇ ਰਹੀ ਆ, ਉਹ ਇੱਥੇ ਮਾਫ਼ੀ ਤਾਰੇ ਕੋ ਆ ਕੇ ਮੰਗੂਗਾ। ਜਦ ਮਹਾਂਪੁਰਖਾਂ ਨੇ ਇਹ ਗੱਲ ਇਸ ਤਰ੍ਹਾਂ ਕਹੀ ਜਿਵੇਂ ਲੋਹੇ ਨੂੰ ਲੋਹਾ ਕੱਢਦਾ ਹੈ, ਤਾਂ ਮਹਾਂਪੁਰਖਾਂ ਦੇ ਬਚਨ ਜਿਹੜੇ ਸੀ ਉਸੇ ਟਾਈਮ ਹੀ ਪ੍ਰਗਟ ਹੋ ਗਏ। ਜਦੋਂ ਉਹ ਸਿੱਖ ਨੇ ਆਪਣੇ ਹਜੂਰੀਏ ਜੋ ਮਹਾਂਪੁਰਖਾਂ ਨੇ ਦਿੱਤਾ ਸੀ ਉਹਦੇ ਵਿੱਚ ਇੱਕ ਪੱਕੀ ਹੋਈ ਇੱਟ ਜਿਹੜੀ ਸੀ ਉਹ ਕੱਪੜੇ ਦੇ ਨਾਲ ਬੰਨ੍ਹੀ, ਕੱਪੜੇ ਨਾਲ ਬੰਨ੍ਹ ਕੇ ਆਪਣਾ ਜੋ ਪੈਰ ਦਾ ਜੁੱਤਾ ਸੀਗਾ ਉਹਦੇ ਉੱਤੇ ਜਦੋਂ ਜ਼ੋਰ ਜ਼ੋਰ ਨਾਲ ਮਾਰਨਾ ਸ਼ੁਰੂ ਕੀਤਾ ਤਾਂ ਉੱਧਰ ਪੀਰ ਜਿਹੜਾ ਸੀ ਲਾਹੌਰ ਦੇ ਵਿੱਚ ਆਪਣੇ ਆਪ ਨੂੰ ਬਹੁਤ ਹੀ ਠਾਠ ਵਿੱਚ ਬੈਠਾ ਹੋਇਆ ਸੀ ਲੋਕਾਂ ਦੇ ਵਿੱਚ। ਜਦੋਂ ਇੱਧਰ ਜੁੱਤੀ ਉਹ ਇੱਟ ਦੇ ਵਿੱਚ ਜ਼ੋਰ ਨਾ ਵੱਜੀ ਤਾਂ ਇੱਟ ਭੁਰੀ, ਤਾਂ ਉਸੇ ਤਰ੍ਹਾਂ ਉਹ ਜੁੱਤੀ ਜਿਹੜਾ ਜਿਹੜਾ ਜਿੰਨਾ ਵੀ ਸੱਟ ਸੀ ਉਹ ਪੀਰ ਦੇ ਸਿਰ ਦੇ ਉੱਤੇ ਲਾਹੌਰ ਦੇ ਵਿੱਚ ਵੱਜੀ। ਜਿਉਂ ਜਿਉਂ ਸਿੱਖ ਇੱਧਰੋਂ ਇੱਟ ਨੂੰ ਕੁੱਟਦਾ ਗਿਆ ਉੱਧਰ ਪੀਰ ਦੇ ਐਟੋਮੈਟਿਕ ਜੁੱਤੀਆਂ ਪੈਣੀਆਂ ਸ਼ੁਰੂ ਹੋ ਗਈਆਂ ਤਾਂ ਪੀਰ ਦਾ ਸਿਰ ਦੇ ਵਿੱਚੋਂ ਫਿਰ ਲਹੂ ਨਿਕਲਣ ਲੱਗ ਪਿਆ। ਉਹ ਪੀਰ ਉੱਥੇ ਹੀ ਬੈਠਾ ਦਹਾਈਆਂ ਪਾਉਣ ਲੱਗਾ। ਜਦ ਦਹਾਈਆਂ ਪਾਉਣ ਲੱਗਿਆ ਫਿਰ ਉਹਨੂੰ ਵੀ ਪਤਾ ਲੱਗ ਗਿਆ ਕਿ ਇਹ ਸਾਰਾ ਕੁਛ ਜਿਹੜਾ ਹੈਗਾ ਉਹਨੇ ਵੀ ਆਪਣੀ ਤਾਂਤਰਿਕ ਵਿੱਦਿਆ ਦੇ ਨਾਲ ਦੇਖ ਲਿਆ ਕਿ ਸਾਰਾ ਕੁਛ ਜਿਹੜਾ ਹੈਗਾ ਇੱਕ ਗੁਰਮੁਖ ਪਿਆਰੀ ਜੋ ਰੱਬ ਦੇ ਵਿੱਚ ਰੰਗੀ ਹੋਈ ਰੂਹ ਆ ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੀ ਬਦੌਲਤ ਹੋ ਰਿਹਾ ਹੈ। ਉਸੇ ਟਾਈਮ ਪੀਰ ਨੇ ਆਪਣੇ ਸਿਰ ਦੇ ਵਿੱਚ ਅੱਧੀ ਪੱਗ ਬੰਨ੍ਹੀ ਸੀ ਅੱਧੀ ਖੁੱਲ੍ਹੀ ਸੀ, ਉਸੇ ਤਰ੍ਹਾਂ ਆਪਣੇ ਸਿਰ ਨੂੰ ਲਪੇਟ ਕੇ ਆਪਣੀ ਲਾਹੌਰ ਦੇ ਵਿੱਚੋਂ ਜੋ ਟ੍ਰੇਨ ਚੱਲਦੀ ਸੀ ਉਸੇ ਟਾਈਮ ਉਹ ਗੱਡੀ ਫੜੀ ਆਪਣੇ ਚੇਲਿਆਂ ਦੇ ਨਾਲ ਉਹ ਜਿਉਂ ਭੱਜਾ ਅਤੇ ਇੱਥੇ ਰਾੜਾ ਸਾਹਿਬ ਆ ਗਿਆ। ਜਦ ਰਾੜਾ ਸਾਹਿਬ ਆਇਆ ਤਾਂ ਸਾਰੀਆਂ ਸੰਗਤਾਂ ਨੇ ਦੇਖਿਆ ਕਿ ਉਹ ਪੀਰ ਉੱਚੀ ਉੱਚੀ ਦਹਾਈਆਂ ਪਾਉਂਦਾ ਸੀਗਾ
ਅਤੇ ਇੱਧਰੋਂ ਸਿੱਖ ਨੇ ਉਹ ਜੁੱਤੀਆਂ ਮਾਰ ਮਾਰ ਕੇ ਜੋ ਇੱਟ ਸੀਗੀ, ਇੱਟ ਦੀ ਬਿਲਕੁਲ ਬਰੀਕ ਰੋੜੀ ਬਣਾ ਦਿੱਤੀ ਸੀ, ਅਤੇ ਸਾਰੀਆਂ ਜੁੱਤੀਆਂ ਉਸ ਪੀਰ ਦੇ ਸਿਰ ਦੇ ਵਿੱਚ ਵੱਜ ਵੱਜ ਕੇ ਉਹਦਾ ਸਿਰ ਜਿਹੜਾ ਸੀ ਲਹੂ ਲਹਾਣ ਕਰ ਦਿੱਤਾ ਸੀਗਾ। ਅਤੇ ਉਹਦੇ ਚੇਲਿਆਂ ਨੇ ਪੀਰ ਨੂੰ ਇਸੇ ਤਰ੍ਹਾਂ ਫੜਿਆ ਹੋਇਆ ਸੀ ਅਤੇ ਉਹਦੇ ਸਿਰ ਦੇ ਵਿੱਚ ਆਲੇ ਦੁਆਲੇ ਜਿਹੜੀ ਉਹ ਪੱਗਾਂ ਲਪੇਟੀਆਂ ਹੋਈਆਂ ਸਨ, ਤਾਂ ਲਹੂ ਲਹਾਣ ਕੀਤਾ ਹੋਇਆ ਜਿਹੜਾ ਉਹ ਪੀਰ ਸੀਗਾ, ਉਹਦੇ ਚੇਲਿਆਂ ਨੇ ਸੰਤਾਂ ਦੇ ਮੋਹਰੇ ਰਾੜਾ ਸਾਹਿਬ ਰੱਖ ਦਿੱਤਾ। ਜਦ ਰਾੜਾ ਸਾਹਿਬ ਉਹ ਪੀਰ ਲਾਹੌਰ ਵਾਲਾ ਪਹੁੰਚਿਆ ਤਾਂ ਫਿਰ ਉਸ ਮਹਾਂਪੁਰਖ ਕਹਿਣ ਲੱਗੇ, ਓਏ ਕਹਿੰਦੇ ਉਹ ਮੂਰਖਾ, ਤੂੰ ਇਹ ਸਿੱਖ ਦੇ ਕੋਲੋਂ ਤੂੰ ਸਿਗਰਟਾਂ ਦੀ ਡੱਬੀ ਮੰਗਾ ਰਿਹਾ ਹੈ। ਜਦ ਬਾਬਾ ਈਸ਼ਰ ਸਿੰਘ ਹੁਣਾਂ ਨੇ ਬੜੇ ਰੋਹਬ ਦੇ ਨਾਲ ਉਸ ਪੀਰ ਦੀ ਸਾਰੀਆਂ ਸੰਗਤਾਂ ਦੇ ਸਾਹਮਣੇ ਬੜੀ ਝਾੜ ਕੀਤੀ ਤਾਂ ਉਹ ਪੀਰ ਉਸੇ ਟਾਈਮ ਹੀ ਲੰਮਾ ਪੈ ਕੇ ਮਹਾਂਪੁਰਖਾਂ ਤੋਂ ਮਾਫੀਆਂ ਮੰਗਣ ਲੱਗਾ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮਾਫ਼ੀ ਸਾਡੇ ਤੋਂ ਨਹੀਂ, ਉਸ ਸਿੱਖ ਤੋਂ ਮੰਗ ਜਿਹਦੇ ਨਾਲ ਤੂੰ ਹਰੇਕ ਸਾਲ ਆਪਣੀ ਤਾਂਤਰਿਕ ਵਿੱਦਿਆ ਦੇ ਨਾਲ ਉਹਦੇ ਹਰੇਕ ਸਾਲ ਸੱਪ ਲੜਾ ਦਿੰਦਾ ਹੈ, ਤਾਂ ਉਹਨੂੰ ਜ਼ਹਿਰ ਦੇ ਨਾਲ ਤੂੰ ਇੰਨਾ ਕਸ਼ਟ ਦਿੱਤਾ ਹੈ, ਅੱਜ ਇਹ ਜੁੱਤੀਆਂ ਜਿਹੜੀਆਂ ਹੈ ਜਦ ਤੇਰੇ ਪੈਣ ਲੱਗੀਆਂ ਤਾਂ ਤੈਨੂੰ ਇਹ ਦਰਦ ਦਾ ਪਤਾ ਲੱਗਦਾ ਹੈ ਕਿ ਇਹ ਦਰਦ ਕਿਸ ਤਰ੍ਹਾਂ ਦੀ ਹੁੰਦੀ ਹੈ। ਜਦ ਮਹਾਂਪੁਰਖਾਂ ਨੇ ਉਸ ਪੀਰ ਨੂੰ ਇਸੇ ਤਰ੍ਹਾਂ ਇਹ ਰੋਹ ਭਰੇ ਬਚਨ ਬੋਲੇ ਤਾਂ ਉਹ ਪੀਰ ਜਿਹੜਾ ਸੀਗਾ ਫਿਰ ਉਹ ਸਿੱਖ ਦੇ ਪੈਰੀਂ ਪੈ ਗਿਆ ਸੀ। ਜਦੋਂ ਉਹ ਪੀਰ ਸਿੱਖ ਦੇ ਪੈਰੀਂ ਪੈ ਗਿਆ, ਮਾਫ਼ੀਆਂ ਮੰਗਣ ਲੱਗਾ, ਅਤੇ ਮਹਾਂਪੁਰਖਾਂ ਨੇ ਕਿਹਾ ਕਿ ਇਹ ਤਾਂਤਰਿਕ ਵਿੱਦਿਆ ਜਿਹੜੀ ਤੂੰ ਵਰਤ ਕੇ ਆਪਣੇ ਆਪ ਨੂੰ ਲਾਹੌਰ ਦੇ ਵਿੱਚ ਪੀਰ ਬਣਾਇਆ ਹੈ, ਤੂੰ ਇਹਦੇ ਨਾਲ ਗਲਤ ਕੰਮ ਕਰਨੇ ਛੱਡ ਦੇ, ਅਗਰ ਤੂੰ ਇਹਦੇ ਨਾਲ ਗਲਤ ਕੰਮ ਕਰੇਗਾ, ਲੋਕਾਂ ਨੂੰ ਗਪਰਾਹ ਕਰੇਗਾ, ਅਜੇ ਤਾਂ ਇੱਥੇ ਤੇਰੇ ਜੁੱਤੀਆਂ ਪਈਆਂ ਹਨ, ਤੇਰਾ ਇਹ ਲੋਕ ਵੀ ਜਿਹੜਾ ਹੈ ਇਹ ਚਲਾ ਜਾਣਾ ਹੈ ਅਤੇ ਤੇਰਾ ਪਰਲੋਕ ਵੀ ਚਲਾ ਜਾਣਾ ਹੈ, ਅਜੇ ਵੀ ਮੌਕਾ ਹੈ, ਤੂੰ ਆਪਣੇ ਆਪ ਨੂੰ ਸੰਭਲ ਲੈ। ਜਦੋਂ ਮਹਾਂਪੁਰਖਾਂ ਨੇ ਉਹਨੂੰ ਇਸ ਤਰ੍ਹਾਂ ਦੇ ਗਿਆਨ ਵਾਲੇ ਕੁਛ ਬਚਨ ਕਹੇ ਤਾਂ ਉਹ ਪੀਰ ਨੇ ਉਸੇ ਟਾਈਮ ਹੀ ਆਪਣੀ ਤਾਂਤਰਿਕ ਵਿੱਦਿਆ ਜਿਹੜੀ ਸੀਗੀ ਉਹਦੀ ਦੁਵਰਤੋਂ ਜਿਹੜੀ ਸੀ ਉਹ ਬਿਲਕੁਲ ਛੱਡਣ ਤੋਂ ਬਿਲਕੁਲ ਕਸਮਾਂ ਖਾ ਲਈਆਂ ਕਿ ਮੈਂ ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਕਰਾਂਗਾ, ਆਪਣੇ ਆਪ ਨੂੰ ਪੀਰ ਨਹੀਂ ਕਹਾਂਗਾ, ਮੈਂ ਪੰਜ ਸਮੇਂ ਦਾ ਨਵਾਜ਼ੀ ਬਣ ਕੇ ਰਹਾਂਗਾ। ਜਦੋਂ ਇਹ ਗੱਲ ਜਿਹੜੀ ਸੀ ਉਸ ਤਾਂਤਰਿਕ ਨੇ ਮੰਨੀ ਤਾਂ ਫਿਰ ਮਹਾਂਪੁਰਖਾਂ ਨੇ ਉਸ ਤਾਂਤਰਿਕ ਨੂੰ ਜਿਹੜਾ ਸੀ ਉਹ ਛੱਡ ਦਿੱਤਾ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹੋ ਜਿਹੜੇ ਤਾਂਤਰਿਕ ਆਪਣੀ ਤੰਤਰ ਵਿੱਦਿਆ ਦੇ ਬਲ ਦੇ ਨਾਲ ਦੂਸਰਿਆਂ ਦੇ ਉੱਤੇ ਅੱਤਿਆਚਾਰ ਕਰਦੇ ਆ, ਅਤੇ ਫਿਰ ਉਹਨਾਂ ਦਾ ਜਵਾਬ ਵੀ ਫਿਰ ਉਹਨਾਂ ਦੀ ਬੋਲੀ ਦੇ ਵਿੱਚ ਹੀ ਮਹਾਂਪੁਰਖਾਂ ਨੂੰ ਦੇਣਾ ਪੈਂਦਾ ਹੈ। ਸੋ ਇਹ ਹੈ ਮਹਾਂਪੁਰਖਾਂ ਦੀ ਸਭ ਤੋਂ ਵੱਡੀ ਕਿਰਪਾ ਦ੍ਰਿਸ਼ਟੀ ਜਿਹੜੀ ਉਹਨਾਂ ਦੇ ਆਪਣੇ ਉਹ ਗੁਰਸਿੱਖਾਂ ਦੇ ਉੱਤੇ ਕਰਦੇ ਆ, ਉਹਨਾਂ ਨੂੰ ਹਰੇਕ ਮੁਸੀਬਤ ਦੇ ਵਿੱਚੋਂ ਕੱਢ ਕੇ ਰੱਖਦੇ ਆ। ਕਿਉਂ ਇਸ ਤਰ੍ਹਾਂ ਜਿਹੜਾ ਹੈਗਾ ਕਿ ਕੋਈ ਵੀ ਬੰਦਾ ਜਿਹੜਾ ਆਪਣੇ ਤੰਤਰਿਕ ਵਿੱਦਿਆ ਦੇ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਦੂਸਰਿਆਂ ਦੇ ਉੱਤੇ ਜ਼ੁਲਮ ਕਰਦਾ ਹੈ, ਤਾਂ ਉਹਨੂੰ ਫਿਰ ਅਸੀਂ ਗਿਆਨ ਸਮਝਾਉਣ ਦੇ ਨਾਲ, ਗਿਆਨ ਦੀਆਂ ਗੱਲਾਂ ਸਮਝਾਉਣ ਦੇ ਨਾਲ ਉੱਤੇ ਫਤਿਹ ਨਹੀਂ ਪਾਈ ਜਾ ਸਕਦੀ। ਉਹਦਾ ਜਵਾਬ ਫਿਰ ਸਾਨੂੰ ਉਹਦੀ ਹੀ ਬੋਲੀ ਵਿੱਚ ਦੇਣਾ ਪੈਂਦਾ ਹੈ, ਅਤੇ ਉਹੀ ਹੀ ਦੇ ਸਕਦੇ ਆ ਜਿਹੜੇ ਸੰਤ ਬਾਬਾ ਈਸ਼ਰ ਸਿੰਘ ਜੀ ਵਰਗੇ ਨਾਮ ਅਭਿਆਸੀ ਕਮਾਈ ਵਾਲੇ ਮਹਾਂਪੁਰਖ ਹੋਣ, ਤਾਂ ਫਿਰ ਉਹ ਇਹਨਾਂ ਲੋਕਾਂ ਨੂੰ ਅਸਿੱਧੇ ਤੋਂ ਸਿੱਧੇ ਰਸਤੇ ਪਾ ਦਿੰਦੇ ਹਨ। ਸੋ ਜ਼ਰੂਰਤ ਹੈ ਧਰਮ ਦੇ ਅੰਦਰ ਕਿ ਜਿੱਥੇ ਅਸੀਂ ਬਾਹਰੀ ਸਿੱਖ ਦਾ ਦਿਖਾਵਾ ਕਰਨਾ ਹੈ, ਇਹ ਸਿੱਖੀ ਸਾਡੇ ਅੰਦਰ ਹੋਣੀ ਚਾਹੀਦੀ ਹੈ, ਸਾਨੂੰ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਹਨ। ਜਦੋਂ ਅਸੀਂ ਆਪਣੇ ਗੁਰੂ ਦੇ ਬਚਨ ਕਮਾਵਾਂਗੇ, ਉਹਨਾਂ ਦੇ ਹੁਕਮਾਂ 'ਤੇ ਚੱਲਾਂਗੇ, ਅਤੇ ਇਹ ਜੋ ਤੰਤਰਿਕ ਵਿੱਦਿਆ ਵਗੈਰੀਆਂ ਸ਼ਕਤੀਆਂ ਜੋ ਅਸੂਰੀ ਸ਼ਕਤੀਆਂ ਹਨ ਇਹ ਸਾਡੇ ਉੱਤੇ ਅਸਰ ਨਹੀਂ ਰੱਖ ਸਕਣਗੀਆਂ। ਸੋ ਜ਼ਰੂਰੀ ਆ ਕਿ ਸਿੱਖੀ ਜਿਹੜੀ ਆ ਹੈ ਨਾ ਅਸੀਂ ਸਿਰਫ ਪਹਿਲਾਂ ਅੰਦਰੋਂ ਕਮਾਉਣੀ ਹੈ, ਚਾਹੇ ਇਹ ਖੇਡ ਬੇਸ਼ੱਕ ਜਿੰਨੀ ਮਰਜ਼ੀ ਔਖੀ ਹੋਵੇ, ਪਰ ਇਹ ਪ੍ਰੇਮ ਦੀ ਇੱਕ ਐਸੀ ਖੇਡ ਆ ਕਿ ਬਾਣੀ ਕਹਿੰਦੀ ਹੈ ਕਿ ਜੇ ਸਿਰ ਦਿੱਤਿਆਂ ਹਰ ਮਿਲੇ ਤੂੰ ਵੀ ਸਸਤਾ ਜਾਣ, ਕਿ ਰਕਤ ਬਿੰਦ ਕੀ ਤੂੰਬੜੀ ਹਰ ਹੀਰਨ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੇ ਤੂੰ ਵੀ ਸਸਤਾ ਜਾਣ, ਜੇ ਸਿਰ ਦਿੱਤਿਆਂ ਪਰਮਾਤਮਾ ਮਿਲ ਸਕਦਾ ਹੈ, ਇਹ ਪ੍ਰੇਮ ਦੀ ਖੇਡ ਮਿਲ ਸਕਦੀ ਹੈ, ਅਤੇ ਇਹਨੂੰ ਸਭ ਤੋਂ ਸਸਤੀ ਕਰਕੇ ਜਾਣੀ ਤਾਂ ਹੀ ਤੇਰਾ ਜਿਹੜਾ ਹੈਗਾ ਇਹ ਲੋਕ ਅਤੇ ਪਰਲੋਕ ਦੋਨੇ ਸਬਰ ਜਾਣਗੇ। ਇਹੋ ਹੀ ਜਿਹੜੀ ਹੈ ਇਹ ਮੇਨ ਕਿਰਪਾ ਪਰਮੇਸ਼ਰ ਦੀ ਸਿੱਖ ਦੇ ਉੱਤੇ ਹੁੰਦੀ ਹੈ, ਅਤੇ ਸਿੱਖ ਜਿਹੜਾ ਹੈ ਆਪਣੇ ਪਿਆਰ ਅਤੇ ਸਦਭਾਵਨਾ ਦੇ ਵਿੱਚ ਦੂਸਰਿਆਂ ਸੰਸਾਰੀ ਲੋਕਾਂ ਨੂੰ ਤਾਰ ਸਕਦਾ ਹੈ, ਉਹਨਾਂ ਨੂੰ ਸਹੀ ਸਿੱਖੀ ਦੀ ਲੈਣ ਦੇ ਉੱਤੇ ਪਾ ਸਕਦਾ ਹੈ, ਅਤੇ ਉਹ ਗੁਰਮੁਖ ਪਿਆਰਾ ਅੰਦਰੋਂ ਸੀਤਲ ਹੁੰਦਾ ਹੈ ਅਤੇ ਦੂਸਰਿਆਂ ਨੂੰ ਵੀ ਸੀਤਲ ਬਣਾ ਸਕਦਾ ਹੈ, ਅੰਦਰੋਂ ਪੂਰਾ ਆਨੰਦ ਵਿੱਚ ਹੁੰਦਾ ਹੈ, ਦੂਸਰਿਆਂ ਨੂੰ ਵੀ ਆਨੰਦ ਦਵਾ ਸਕਦਾ ਹੈ, ਅੰਦਰੋਂ ਭੂਤ ਭਵਿੱਖ ਅਤੇ ਵਰਤਮਾਨ ਦਾ ਜਾਣੂ ਹੁੰਦਾ ਹੈ, ਦੂਸਰਿਆਂ ਨੂੰ ਵੀ ਭੂਤ ਭਵਿੱਖ ਅਤੇ ਵਰਤਮਾਨ ਦੀ ਸੋਝੀ ਕਰਾ ਸਕਦਾ ਹੈ। ਸੋ ਇਹੋ ਜਿਹੇ ਮਹਾਂਪੁਰਖ ਜਿਹੜੇ ਆ ਸੰਤ ਬਾਬਾ ਈਸ਼ਰ ਸਿੰਘ ਜੀ ਵੜ ਗਏ,
ਭਾਵੇਂ ਇਹ ਕਰੋੜਾਂ ਵਿੱਚੋਂ ਵਿਰਲੇ ਹੁੰਦੇ ਆ, ਪਰ ਬਾਣੀ ਨੇ ਜੋ ਕਿਹਾ ਹੈ ਕਿ ਜਿਸ ਬਖਰ ਤੋਂ ਲੈਣ ਤੂੰ ਆਇਆ, ਕਿ ਜਿਹੜੀ ਚੀਜ਼ ਤੂੰ ਇਸ ਸੰਸਾਰ ਤੋਂ ਲੈਣ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਇਹ ਜਿਹੜੀ ਚੀਜ਼ ਹੈ ਇਹ ਮਹਾਂਪੁਰਖਾਂ ਦੇ ਘਰਾਂ ਦੇ ਵਿੱਚ ਹੈ, ਬਾਹਰ ਨਹੀਂ ਹੁੰਦੀ। ਬਾਹਰ ਤੁਸੀਂ ਦੁਨਿਆਵੀ ਵਿੱਦਿਆ ਲੈ ਸਕਦੇ ਹਾਂ, ਆਪਣੇ ਆਪ ਨੂੰ ਗੋਸ਼ਟੀ ਵਿੱਚ ਕਥਾ ਦੇ ਵਿੱਚ ਉੱਚਾ ਸਿੱਧ ਕਰ ਸਕਦੇ ਹਾਂ, ਪਰ ਜੋ ਅੰਦਰੂਨੀ ਕਮਾਈ ਹੈ ਜਿਹਦੇ ਅੰਦਰ ਹੁੰਦੀ ਹੈ ਅਸਲ ਦੇ ਵਿੱਚ, ਉਹ ਹੀ ਰੰਗੀ ਰੂਹ ਰੱਬ ਦੇ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਆ। ਅਤੇ ਇਹੀ ਰੰਗੀ ਰੂਹ ਜਿਹੜੀ ਹੈ ਵੱਡੇ ਵੱਡੇ ਤਾਂਤਰਿਕ ਅਤੇ ਰਿੱਧੀਆਂ ਸਿੱਧੀਆਂ ਵਾਲੇ ਯੋਗੀਆਂ ਨੂੰ ਸਿੱਧੇ ਰਾਹ ਪਾ ਦਿੰਦੀ ਹੈ। ਸੋ ਇਹਨਾਂ ਬਚਨਾਂ ਦੇ ਨਾਲ ਦਾਸ ਸਾਰੀਆਂ ਸੰਗਤਾਂ ਦੇ ਕੋਲੋਂ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।